अस्सलामुअलैकुम। वालेकुम अस्सलाम। अंकल जी की हाल चाल है? अल्लाह का शुक्र। तबीयत से ठीक जे? ठीक है, तू ठीक है? अल्हम्दुलिल्लाह जी। अस्सलामुअलैकुम सर जी। वालेकुम अस्सलाम, की हाल है भाई जान? अल्हम्दुलिल्लाह, तुसी सुनाओ? शुक्र है मालिक दा, खरीयत जनाब। साडे ब्रावां सारेयां दा जनाब की हाल है? अल्हम्दुलिल्लाह सब ठीक ठाक ने। जरा अपना तारफ करो हुण भाई मोहम्मद बूटा साहब। भाई जान मेरा नाम है जी असम अली बूटा। अच्छा अच्छा। सारे मेनू प्यार नाल ना चाचा बूटा, चाचा बूटा कहंदे ने। मम्मी चाचा बूटा कहना जेड़े कहंदे ने ना इखलाक दे। अल्लाह पाक उनो सेहत देवे, तंदुरुस्ती देवे, लंबी जिंदगी देवे। आमीन जी आमीन। ले मैं तो भाई बूटा था, चाचा बूटा नहीं। हां जी। अच्छा, ए साडे भाई साहब ने सानू भाई बूटा कहंदे ने। अच्छा, नहीं प्यार है ना जी तेना, साडे नाल प्यार है। अल्लाह पाक खुश रखे, तंदुरुस्ती देवे, अल्लाह इनो सेहत देवे, लंबी जिंदगी देवे जी। अच्छा अंकल जी, जरा तारीफ करो, केड़े इलाके तो आए जी? मोहम्मद रफीक मेरे नाम है जी। जी बखर। ओहो, बखर है पंजाब का आखिरी जिला, बॉर्डर पर, सिंध के बॉर्डर पर। हाँ, सरहद के बॉर्डर पर, फ्रंटियर के बॉर्डर पर। सरहद के बॉर्डर पर? अच्छा अच्छा। केपी की, के पी के बॉर्डर पर। अच्छा अच्छा, मैं समझ सिंध के, सिंध के नहीं। अच्छा अंकल जी, ਗੱਡੀ ਭਰ ਕੇ ਨਗਰਾਂ ਦੀ ਤੋੜ ਬੱਖਰ ਪੁਚਵਾਈ ਆਈ ਮੇਰੇ ਕੋਲ। ਅੱਛਾ ਅੱਛਾ, ਮਾਸ਼ਾਅੱਲਾ। ਗੱਡੀ ਦੇ ਨਾਲ ਵੱਜ ਕੇ ਉੱਥੇ ਪੁਚਵਾ ਕੇ ਵੱਧ ਵਾਪਸ ਆਇਆ। ਅੱਛਾ, ਭਾਈ ਬੂਟੇ ਦਾ ਜੇ ਤਾਂ ਆ ਗਿਆ ਮਾਲ ਤੁਹਾਨੂੰ ਪਸੰਦ ਹੈ? ਭਾਈ ਬੂਟਾ ਪਸੰਦ ਹੈ, ਮਾਲ ਪਸੰਦ ਮਾਵੇ ਨਾ ਹੀ ਆਵੇ। ਆਹ ਗੱਲ ਬੜੀ ਮਾਇਆ ਸੱਟੀ ਜੀ, ਸਾਡੇ ਵਾਸਤੇ ਕਾਬਲੇ ਇਤਰਾਮ ਨਹੀਂ। ਹਕੀਕਤ ਇਹ ਉਹ ਮੇਰਾ ਯਾਰ ਜਿਹੜਾ ਹੈ ਉਹ ਰਿਆਜ਼ ਹੈ। ਦਿਲੋਂ ਅਜੇ ਵੀ ਪਿਆਰ ਤੁਹਾਡਾ ਉਧਰ ਹੀ ਹੈ? ਨਾ ਨਾ, ਇਹ ਪਹਿਲੇ ਪਹਿਲੇ ਕੰਮ ਹੀ ਉੱਥੋਂ ਭਾਈ ਸ਼ੁਰੂ ਕਰਵਾਇਆ, ਇਹ ਬੂਟੇ ਉੱਥੇ ਹੁੰਦਾ। ਹਾਂਜੀ। ਅੱਛਾ ਅੱਛਾ, ਗੱਬਣਾ ਜੁੜੀਆਂ ਦਾ? ਨਾ, ਪਹਿਲੇ ਪਹਿਲੇ ਫੜੀ ਪਹਿਲੇ ਕੱਟਾਂ ਦਾ ਕਰੇਦਾ। ਜਦੋਂ ਮੈਂ ਤੁਹਾਡੀ ਵੀਡੀਓ ਬਣਾਈ ਸੀ ਯਾਰ ਜੀ, ਤਾਂ ਇਹ ਬਣਾਈ ਹੈ ਪਹਿਲੀ ਪਹਿਲੀ ਵੀਡੀਓ ਵੀ। ਹਾਂਜੀ ਹਾਂਜੀ, ਮੈਂ ਤੁਹਾਡੀ ਵੀਡੀਓ ਬਣਾਈ ਸੀ, ਬੇਸ਼ੱਕ ਜੀ। ਜੋ ਪਿਛਲੇ ਹਫਤੇ ਉਹ ਤੁਲੇ ਗਏ ਆ। ਅੱਛਾ ਅੱਛਾ, ਮਾਸ਼ਾਅੱਲਾ। ਉਹੀ ਦਾ ਬੂਟੇ ਸਾਹਿਬ ਹੁਕਮ ਦਿੱਤਾ ਸੀ ਥਾ ਗਏ। ਅੱਛਾ, ਮਾਸ਼ਾਅੱਲਾ। ਮਾਲ ਮਾਲ ਬੇਕਾਰ ਹੀ ਹੋਵੇ ਠੀਕ ਹੈ, ਨਹੀਂ ਬੇਕਾਰ ਤੇ ਨਹੀਂ ਲਿਆ ਕੇ ਦੇਣਾ। ਬੂਟਾ ਠੀਕ ਹੈ ਤਾਂ ਮਾਲ ਹੀ ਠੀਕ ਹੋਣਾ ਹੈ। ਬਿਲਕੁਲ ਜੀ ਬਿਲਕੁਲ, ਜੇ ਚੌਧਰੀ ਬੂਟਾ ਠੀਕ ਹੈ ਤਾਂ ਮਾਲ ਹੀ ਠੀਕ ਹੋਣਾ ਹੈ। ਹਾਂਜੀ ਭਾਈ ਬੂਟਾ ਸਾਹਿਬ, ਅੰਕਲ ਜੀ ਕਹਿ ਰਹੇ ਨੇ ਮੈਨੂੰ ਇਤਬਾਰ ਭਾਈ ਬੂਟੇ ਦੇ। ਅੱਲਾ ਦੇ ਫਜ਼ਲ ਨਾਲ ਸੋਹਣਾ ਮਾਲ ਲੈ ਕੇ ਆਇਆ ਜੀ। ਹਾਂਜੀ, ਸਾਫ ਸੁਥਰਾ ਆਪਣੇ ਜਿਹੜੀ ਸਾਨੂੰ ਚੰਗੀ ਲੱਗੀ ਹੈ ਨਾ, ਉਹ ਆਈ ਸਾਹਿਬ ਰਾਂ ਨੂੰ ਪਵਾਈ। ਉਹਨਾਂ ਨੇ ਇਹ ਗੱਲ ਕੀਤੀ ਵੀ ਜਿਹੜਾ ਤੁਹਾਨੂੰ ਪਸੰਦ ਹੈ ਨਾ ਉਹ ਪਾ ਦਿਓ, ਆਪਣੀ ਮਰਜ਼ੀ ਦਾ ਪਾਇਆ ਤੇ ਇਨਸ਼ਾਅੱਲਾ ਚੰਗਾ ਮਾਲ ਪਾਇਆ। ਜੀ ਜੀ, ਨਹੀਂ ਹੁਣ ਵੀ ਆਖਾਂ ਦੇ 40-50 ਡੰਗਰ ਖੜੇ ਵੀ ਤੁਸੀਂ ਚੁਣ ਲਓ ਜਿਹੜਾ ਤੁਹਾਨੂੰ। ਹਾਂ, ਹਾਲੇ ਵੀ ਖਲੋਤੇ ਨੇ, ਮੈਂ 50-60 ਡੰਗਰ ਖੜੇ ਨੇ, ਮੈਂ ਕਹਾਂ ਫਿਰ ਵੀ ਕਿਹੜਾ ਦਿਲ ਕਰਦਾ ਜੇ ਪਾ। ਬਿਲਕੁਲ ਸਹੀ ਗੱਲ ਹੈ ਜੀ, ਹੁਣ ਵੀ ਇੰਜ ਚਾਹੀਦਾ ਭਾਈ ਬੂਟਾ ਸਾਹਿਬ। ਅੰਕਲ ਜੀ ਬੜਾ ਪੰਦ ਕਰਕੇ ਆਏ ਨੇ ਕਿ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਦੇ ਦਿਮਾਗ ਟੁੱਟੇ। ਅੱਲਾ ਖੈਰ ਕਰੇ ਜੀ, ਜਦੋਂ ਅਸਾਂ ਇਨਸ਼ਾਅੱਲਾ ਫਿਰ ਵੀ ਚੱਲਣਾ, ਫਿਰ ਵੀ ਚੱਲਣਾ। ਬੇਸ਼ੱਕ ਜੀ, ਅੱਲਾ ਦੇ ਫਜ਼ਲ ਨਾਲ ਇਹ ਸਾਡੇ ਪੁਰਾਣੇ ਕਸਟਮਰ ਨੇ, ਅਸੀਂ ਇਸ ਚੀਜ਼ ਨੂੰ ਸਮਝਨੇ ਆ। ਇੱਕ ਚੱਕਰ ਰਿਆਦ ਕੋਲੋ, ਇੱਕ ਚੱਕਰ ਬੂਟੇ ਕੋਲੋ। ਅੱਛਾ ਅੱਛਾ, ਇਹ ਮੁਹੱਬਤ ਹੈ ਨਾ ਜੀ। ਅਗਰ ਰਿਆਦ ਦੀ ਵੀਡੀਓ ਦੇਖ ਕੇ ਤੇ ਨਾ ਕੇ ਮੈਂ ਬਰੂ ਛੋੜ ਗਿਆ, ਇੱਕ ਚੱਕਰ ਰਿਆਦ ਕੋਲੋ, ਇੱਕ ਚੌਧਰੀ ਬੂਟੇ ਭਾਈ ਕੋਲੋ। ਜੀ ਜੀ, ਰਿਆਦ ਨਾਲੋ ਇਧਰ ਮੇਰਾ ਤਲਕ ਇਸ ਵਾਸਤੇ ਜ਼ਿਆਦਾ ਹੋ ਗਿਆ ਬੇ ਤੋੜ ਮੇਰੇ ਕੋਲ ਗਈ ਹੈ ਬੱਕਰ। ਅੱਛਾ ਅੱਛਾ, ਬੜੀ ਇੱਜ਼ਤ ਦਿੱਤੀ ਜੀ ਫਿਰ ਭਾਈ ਬੂਟਾ ਸਾਹਿਬ ਨੇ। ਇਹ ਮੁਹੱਬਤ ਹੈ ਜੀ ਇਹਨਾਂ ਦੀ, ਇਹ ਅਸਾਂ ਆ ਗਿਆ। ਅੱਛਾ ਭਾਈ ਬੂਟਾ ਸਾਹਿਬ, ਅੰਕਲ ਨੂੰ ਕਿੰਨੇ ਮਹੀਨੇ ਦੇ ਗੱਬਨ ਜੋਟੀ ਲੈ ਕੇ ਦਿੰਦੇ ਪਏ ਜੀ? ਇਹਨਾਂ ਨੂੰ ਜੀ ਆਖਿਆ ਜਿਹੜੀ ਤੁਹਾਡੇ ਪਸੰਦ ਹੈ ਨਾ ਜੀ, ਉਸ ਦਾ ਟਾਈਮ 2 ਮਹੀਨੇ, 3 ਮਹੀਨੇ, 4 ਮਹੀਨੇ, 5 ਮਹੀਨੇ, ਜਿਹੜੀ ਜਿਹੜੀ ਹੋਈ ਉਹ ਇਹਨਾਂ ਨੂੰ ਪਾ ਦੇਣੀ। ਅੱਛਾ, ਇਹਨਾਂ ਨਾਲ ਕੋਈ ਜਿਹੜੀ ਜਿਹੜੀ ਇਹਨਾਂ ਨੂੰ ਪਸੰਦ ਹੈ ਉਹੀ ਪਾ ਦੇਣੀ, ਜਿਹੜੀ ਪਸੰਦ ਆਈ ਉਹ ਦੇ ਦੇਣੀ। ਹਾਂਜੀ, ਚਾਹੇ 2 ਮਹੀਨੇ ਦੀ, ਇਹਨਾਂ ਦੇ 12 ਜਾਨਵਰ ਕੱਢੇ ਨੇ ਲੈਦਾ। ਅੱਛਾ ਅੱਛਾ, ਮੈਂ ਕਿਹਾ ਇਹਨਾਂ ਦੇ ਵਿੱਚ ਜਿਹੜੇ ਤੁਹਾਨੂੰ ਪਸੰਦ ਲੱਗਦੇ ਨੇ ਨਾ, ਹਾਂਜੀ ਉਹ ਪਾ ਲਾ। 12 ਦੇ 12 ਨੇ 12 ਪਾ ਲਓ, 10 ਪਸੰਦ ਨੇ 10 ਪਾ ਲਓ। ਅੱਛਾ ਅੱਛਾ, ਇੱਕ ਗੱਡੀ ਲਿਜਾਣੀ ਆਈ ਸਾਹਿਬ, ਨਿਸ਼ਾਨੀ ਲਾਈ ਨਹੀਂ ਦੀ? ਹਾਂਜੀ ਲਾਈ ਹੈ ਨਿਸ਼ਾਨੀ, 12 ਜਾਨਵਰ ਤੋਂ ਨਿਸ਼ਾਨੀ ਲਾ ਲਈ। ਹਾਂਜੀ ਲਾ ਲਈ, ਉਹਨਾਂ ਦੀ ਗੱਡੀ ਜਿੰਨੇ 10 ਆ ਗਏ, 12 ਆ ਗਿਆ, ਜਿੰਨੇ ਆ ਗਏ ਉਹ ਲੈ ਕੇ ਚਲੇ ਜਾਂਦੇ। ਲੇਕਿਨ ਮੇਰਾ ਗੱਲ ਕਰ ਮਤਲਬ ਹੈ
ਇਹਨਾਂ ਨੂੰ ਨਾਲ ਹੋਮ ਡਿਲੀਵਰੀ ਦਿਓਗੇ ਨਾਲ ਜਾਨਵਰ ਵੀ ਅੱਛੇ ਸਾਰਾ ਕੋਈ ਲੇਖ ਕਰੇ ਤੁਸੀਂ ਤਾਂ ਤੁਸੀਂ ਪੁੱਛੋ ਕਿਸੇ ਹੋਰ ਤੋਂ ਪੁੱਛੇ ਨਾ ਪੈਸੇ ਪੁੱਛੇ ਨਾ ਡਿਲੀਵਰੀ ਪੁੱਛੇ ਕੁਛ ਹੀ ਨਹੀਂ ਪੁੱਛੇ ਹਾਂ ਅੱਛਾ ਜੀ ਹਾਂ ਵਾਹ ਅੰਕਲ ਜੀ ਵਾਹ ਕੀ ਬਾਤ ਹੈ ਜੀ ਕੋਈ ਨਹੀਂ ਪੁੱਛਿਆ ਕੋਈ ਨਹੀਂ ਪੈਸੇ ਪੁੱਛੇ ਨਾ ਡਿਲੀਵਰੀ ਹਾਂ ਰੇਡ ਵੀ ਨਹੀਂ ਪੁੱਛਿਆ ਕੋਈ ਮਸਲਾ ਨਹੀਂ ਮੈਂ ਨਹੀਂ ਪੁੱਛਿਆ ਇਤਬਾਰ ਹੋਣਾ ਚਾਹੀਦਾ ਇੰਜ ਦਾ ਆਣਾ ਚਾਹੀਦਾ ਯਾਰ ਅਸੀਂ ਆਏ ਜੂ ਇਸੇ ਦੇ ਵਜ੍ਹਾ ਕੋਲ ਆਏ ਤਾਂ ਵਾਤਾ ਦਾ ਕੀ ਪੁੱਛੜਾ ਹੈ ਬਿਲਕੁਲ ਸਹੀ ਗੱਲ ਹੈ ਜੀ ਅੰਕਲ ਜੀ ਇਹਨਾਂ ਨੇ ਮਾਲ ਨੂੰ ਨਹੀਂ ਵੇਖਿਆ ਨਾ ਸਾਡੇ ਇਤਮਾਦ ਕੀਤਾ ਅੱਗੇ ਹੁਣ ਅਸੀਂ ਜਾਣੀਏ ਤੇ ਸਾਡਾ ਖੁਦਾ ਜਾਣੇ ਬਿਲਕੁਲ ਸਹੀ ਗੱਲ ਹੈ ਬਸ ਗੱਲ ਇਹ ਕਿ ਚੰਗੀ ਚੀਜ਼ ਦੇਵਾਂਗੇ ਤੇ ਫਿਰ ਵੀ ਸਾਡੇ ਕੋਲ ਆਉਂਦੇ ਰਹਿਣਗੇ ਅਗਰ ਪੈੜੀ ਦੇਵਾਂਗੇ ਤੇ ਫਿਰ ਉਹਨਾਂ ਨੇ ਕੀ ਲੈਣ ਆਉਣਾ ਨਹੀਂ ਆਣਾ ਅੰਕਲ ਜੀ ਜਿਹੜੇ ਤੁਹਾਡੇ ਨਾਲ ਨੇ ਹਾਂਜੀ ਇਹ ਭਾਈ ਜਾਨ ਵੀ ਆ ਰਹੇ ਨਾ ਮੰਡੀ मैं रेट कीता माल टॉप क्वालिटी का जानवर तसली सफाई चेक भी कर रहे किन्ने किन्ने महीने दबड़ा जुटिया ने तसली चेक कितिया जा रही ने नाल ये भी तुम विखा देना चेक करो जी डॉक्टर साहब कितनी चेक की कबलां जुटिया चेक छे चेक करे कोई खाली तो नहीं निकली कोई नहीं निकली छी छी ਸਾਰੀ ਕਲੀਅਰ ਨੇ ਹਾਂਜੀ ਕਲੀਅਰ ਜਿਹੜੇ ਮਹੀਨੇ ਦੱਸੇ ਨੇ ਪੂਰੇ ਦੱਸੇ ਨੇ ਪੂਰੇ ਮਹੀਨੇ ਨੇ ਮਕਸਦ 45 ਦੀ ਹਾਂਜੀ 28 63 4.5 45 ਦੀ ਕੀ ਦਿਨਾਂ ਦੀ ਹਾਂ 45 ਦਿਨਾਂ ਦੇ ਵਿੱਚ ਜਿੰਨੇ ਮਹੀਨੇ ਜਾਂ ਜਿੰਨੇ ਦਿਨ ਦੱਸੇ ਨੇ ਉਤਨੇ ਹੀ ਨਿਕਲੇ ਚੈੱਕ ਕਰ ਗਏ ਜੀ 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 ਸਹੀ ਆਖਣੀ ਹੈ ਅੱਛਾ ਮਹੀਨੇ ਜਾਂ ਜਿੰਨੇ ਦਿਨ ਦਿਨ ਦੱਸੇ ਨੇ ਉਤਨੇ ਉਤਨੇ ਕਲੀਅਰ ਬੱਲਾ ਜੱਲਾ ਦਿਖਾਉਏ ਨੇ ਐ ਕਰਿਆ ਜੀ ਚੈੱਕ ਕਰ ਮਾਸ਼ਾਅੱਲਾ ਕੋਈ ਘਟਵਾਦ ਨਹੀਂ ਗੱਲ ਹੋਈ ਇਸ ਨੂੰ ਕਰੇਸ ਹੈ शेर लगे सोटी ना मार माशाला जी चेक करो जी माल चेक कर रहे हैं चेक की जा रही है मैं परिसी के तहत नहीं विखा सकना तसली चेक करो माशाला उम्मीद करना तो वीडियो चंगी लगी अगर चंगी लगी तो लाइक कर दो शेयर कर दो दोवें याद रखो नैक्सट वीडियो तक इंतजार करो तो इजाजत अपने भाई अजीज खान असलामुअलैकुम वरहमतुल्लाहि वबरकातुहू।